चाचा कादरा खाली कराउन आया है हुण आता अपना हाजिर हां ओना ने कहया ना भाई पूरन सिंह वाला हाथ आ ओ देख लिया के हां सिंह हां नाम सिंह ताए चाचे दा सी ना ए नाला जेड़ा ना ओ ने दिखाता इनन दसता भी ए तकरीबन 3.5 कनाला 4 कनाला जगह बड़े बड़े हाथी हुण तिन्ना भाई तिन्ना भाईयां दी सी फिर जाना मुरब्बे भी जाना है पहले क्या बात है भाई किधर तुरे किधर हूं चले अस घर दिखाने मस्जिद बन रही लगती है नवी फिर जंज घर बच गया सारा ठीक है जी जंज घर नाल बनाया ठीक है जी इबादत वाला अच्छा ठीक है जी फुटे ही है ना हां जी हां जी हां जी हां जी ठीक है जी साडे जेडे लोग आ ना साडी बरादरी दे गुजर बरादरी दे बहुते उहनां दे पिंडां विच हालात इदां दे ही आ बहुते अच्छा जी आ जेडे राई आ हां जी बाजार जेडे ओ पिंडां दे बाजार साफ बच के बच ए की चक्कर बस सोचदे सोचदे
रंग चढ़ गए पिछो कठे आए नहीं पिछो कठे आए इतने आगे कठे रंग चढ़ा ठीक है ठीक है ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੇ ਹਾਲਾਤ ਨਾਲ ਬਾਜ਼ਾਰਾਂ ਦੇ ਹਾਲਾਤ ਹੋਈ ਜਾਂਦੇ ਆ ਹਾਂਜੀ ਗਾਂ ਆਪਣੀ ਜਿਹੜੀ ਨਸਲ ਆ ਉਹਨਾਂ ਤਾਂ ਗੱਡੀਆਂ ਵਧੀ ਜਾਂਦੀਆਂ ਜਗ੍ਹਾ ਖੜੀ ਕਰਨ ਨੂੰ ਜਗ੍ਹਾ ਖੜੀ ਕਰਨ ਨੂੰ ਜਗ੍ਹਾ ਘਟ ਰਹੀ ਹੈ ਨਾ ਘਟ ਰਹੀ ਜਗ੍ਹਾ ਸਾਰਾ ਦਰਵਾਜ਼ਾ ਹਾਂ ਹਾਂਜੀ ਇਹ ਹੋਰ ਇਹਦੀ 10 ਵਾਰੀ ਜੁੱਤੀ ਜਰਦੀ ਨਿਕਲ ਗਈ 12 ਤੋਂ ਆਪਸ ਵਿੱਚ ਭਾਈ ਭਾਈ ਲੜੀ ਜਾਂਦੇ ਜਗ੍ਹਾ ਨਹੀਂ ਨਾ ਚਾਰ ਮਰਬੇ ਉਸ ਨੂੰ ਹੋ ਗਿਆ कोने तक ठीक है जी बच्चे खड़े गेट बड़ा लगे अच्छा जी काफी वड्डा है बहुत वड्डा घर हां जी ये तो देख लो सुखियां टालियां भी नहीं वड्डे हैगे सही हाल है बोरियां अग लगी 15-20 पहले आ गया एनू हुण तक यही आएगा भी सड़े हाथे आले जगू वाले जगू बन गए टोटल शुरू तो करके मेरा ख्याल है कोई 3.5 कनाल का हाथा ਤੇ ਇਹ ਤੁਹਾਡਾ ਹੀ ਸੀ ਹੁਣ ਇਹਦੇ ਵਿੱਚ ਘਰ ਮੇਰਾ ਖਿਆਲ ਆ ਬਸ ਆ ਜਾ ਉਹ ਬਜ਼ੁਰਗਾਂ ਦੀ ਦੀਵਾਰ ਦੇ ਮੁਤਾਬਕ 14-15 ਤੇ ਹੁਣ ਉਹ ਖਾਲੀ ਕਰਾਣ ਆਇਆ ਵੇ ਹਾਂਜੀ ਇਹ ਤਾਂ ਖਾਲੀ ਕਰਕੇ ਦੇਣਾ ਪੈਣਾ ਜੀ ਖਾਲੀ ਕਰਕੇ ਦਿਓ ਖਾਲੀ 2100 ਜੋੜਾ ਤੁਸੀਂ ਕਿੰਨੀ ਉਮਰ ਦੀ ਦਾ 260 ਕਰਦੇ ਹੋ ਲੀਕਾਂ ਜਿਹੜੀਆਂ ਨਾ ਜੰਮੇ ਇੱਧਰ ਆ ਗਏ ਇਹ ਵੀ ਇੱਧਰ ਜੰਮੇ ਆ ਵੀ ਸਾਡਾ ਸਮਝੌਤਾ ਹੋ ਗਿਆ ਗਵਰਨਮੈਂਟ ਦਾ
चाचा कादरा खाली कराउन आया है हुण हाता अपना ताए चाचे दा सी ना ए इन्हां दसता भी ए तकरीबन 3.5 कनाला 4 कनाला जगह तीन भाईआं दे सी चाचे ताए बैठे आ खाली असि नरंगपुरी वाला एक कर लें ਲੈ ਲੋ ਜੀ ਉਹ ਬਜ਼ੁਰਗਾਂ ਨੇ ਕਿਹਾ ਨਾ ਵੀ ਕਹਿੰਦੇ ਭਾਨ ਸਿੰਘ ਵਾਲਾ ਹੱਥਾ ਦਿਖਾਓ ਸਾਨੂੰ ਅਸੀਂ ਕਿਹਾ ਆ ਹੁਣ ਜੇ ਤਾਂ ਜਿੱਦਾਂ ਵੀ ਤੁਸੀਂ ਅੰਦਰ ਵੜ ਕੇ ਦੇਖਣਾ ਜੋ ਵੀ ਦੇਖਣਾ ਉਧਰੋਂ ਦੇਖ ਆਏ ਆ ਉਹ ਹਰਨਾਮ ਸਿੰਘ ਵਾਲਾ ਪੱਲਾ ਇਹਨੂੰ ਅੰਦਰੋਂ ਵੇਖਦੇ ਆ ਉਹ ਦੇਖ ਆਏ ਆ ਹਾਂ ਉਧਰੋਂ ਦੇਖ ਆਏ ਚਲੋ ਹੁਣ ਇੱਥੇ ਆ ਦੇਖਣਾ ਉਹ ਬੈਠ ਖੋਲ ਕੇ ਉਹ ਦੇਖ ਲਓ ਅੱਛਾ ਫਾਲੇ ਚ ਸਾਰਾ ਇਹ ਸਾਰਾ ਇੱਕੋ ਹੀ ਹੱਥ ਸੀ ਤੁਸੀਂ ਪਿੱਛੇ ਹੋ ਉੱਥੇ ਜਿਆਦਾ ਸੀ ਨਾ ਉੱਥੇ ਸਾਰੇ ਸਾਰੇ ਕਰੀ ਜਾਂਦੇ ਮੈਂ ਚਲੋ ਹੁਣ ਕੱਲਿਆਂ ਨਾਲੇ ਗੱਪ ਛੱਪ ਚੰਗੀ ਹੋ ਗਈ ਆਜੋ ਆਜੋ ਬਸ 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 ਭਾਨ ਸਿੰਘ ਸੀ ਇੱਥੇ ਤੇ ਇੱਥੇ ਤੇ ਭਾਨ ਸਿੰਘ ਸੀ ਅਗਲਾ ਇੱਥੋਂ ਅਗਲਾ ਹਰਨਾਮ ਸਿੰਘ ਅੱਛਾ ਉੱਥੋਂ ਲੈ ਕੇ ਇਹ ਆ ਵੀ ਵਿੱਚ ਆਉਂਦਾ ਉਹ ਪਾਲੀ ਜਿਹੜੀ ਸਾਡੇ ਤਿੰਨੇ ਤਕਸੀਮ ਕੀਤਾ ਸੀ ਦੇਖੋ ਦੇਖੋ ਘਰ ਹੀ ਇੱਥੇ ਫੇਰ ਰੱਖੇ ਅੱਗੇ ਸਾਡੇ ਜਿਵੇਂ ਹੁਣ ਮਤਲਬ ਭਰਾ ਬਣਦੇ ਆ ਉਦਾਂ ਤਕਸੀਮ ਹੋ ਗਈ ਇਹ ਦੋ ਭਾਈਆਂ ਕੋਲ ਹਾਂ ਉਹ ਚੁਬਾਰੇ ਤਾਂ ਹੀ ਨਾ ਚੁਬਾਰੇ ਤੋਂ ਲੈ ਕੇ ਐਸ ਕੋਨੇ ਤਾਂ ਇੱਥੇ ਤਾਂ ਇਹ ਉਹ ਪਾਲੇ ਬੰਨੇ ਪੂਰਨ ਦਾ ਉਹ ਚੁਬਾਰੇ ਵਾਲਾ ਜਿਹੜਾ ਉਹ ਉਧਰੋਂ ਦੇਖ ਕੇ ਨੰਬਰਦਾਰ ਜਿਹੜਾ ਪੂਰਨ ਸਿੰਘ ਸੀ ਇਹਨਾਂ ਦੇ ਤਾਇਆ ਜੀ ਇਹ ਨਵੇਂ ਸਾਰੇ ਹੁਣ ਅੱਛਾ ਹੁਣ ਕੀ ਖਾਣਾ ਪੀਣਾ ਕੀ ਪਸੰਦ ਕਰੋਗੇ ਅੱਗੇ ਬਣਾਓ ਸਾਹਮਣੇ ਅਸੀਂ ਹੁਣ ਦੱਸੋ ਇਹ ਹੈ ਜਨਾਬ ਭਾਨ ਸਿੰਘ ਦਾ ਭਾਨ ਸਿੰਘ ਵਾਲਾ ਹੱਥ ਹਾਂਜੀ ਭਾਨ ਸਿੰਘ ਦਾ ਹੱਥ ਹੈ ਤੇ ਹੁਣ ਇਹ ਇਸ ਵੇਲੇ ਮੁਹੰਮਦ ਅਸ਼ਰਫ ਕੋਲ ਲੰਬਰਦਾਰ ਨਹੀਂ ਲੰਬਰਦਾਰ ਅਲੀ ਅਕਬਰ ਆ ਅੱਛਾ ਅਲੀ ਅਕਬਰ ਇਹ ਚਾਚੇ ਆ ਮੇਰੇ ਅੱਛਾ ਚਾਚੇ ਇਹਨਾਂ ਦਾ ਬੜਾ ਭਾਈ ਸੀ ਠੀਕ ਵਧੀਆ ਬਹੁਤ ਵਧੀਆ ਬੜਾ ਮਨ ਨੂੰ ਵਧੀਆ ਲੱਗਾ ਬਾਕੀ ਪਿੰਡ ਨੇ ਬੜਾ ਇਸਤੇਮਾਲ ਕੀਤਾ ਦਿਲ ਤਾਂ ਤੁਹਾਡਾ ਖੁਸ਼ ਹੋ ਗਿਆ ਬਹੁਤ ਖੁਸ਼ ਹੋਏ ਬਹੁਤ ਇਹ ਇਸ ਘਰ 'ਚ ਜੰਮੇ ਬੜੇ ਆ ਪੈਦਾ ਹੋਏ ਆ ਇਸ ਘਰ 'ਚ ਬਹੁਤ ਵਧੀਆ ਬਹੁਤ ਵਧੀਆ ਬਹੁਤ ਜ਼ਿਆਦਾ ਬਕੌਲ ਬਜ਼ੁਰਗਾਂ ਦੇ ਅਸੀਂ ਤਾਂ ਬਹੁਤ ਮਗਰੋਂ ਜੰਮੇ ਆ ਸਾਡੇ ਤਾਂ 70 71 ਦੀ 72 ਦੀ 73 ਦੀ ਬਤਾਇਆ ਮੇਰੀ 45 ਦੀ ਆ
ਬੜਾ ਵਧੀਆ ਲੱਗਾ ਇੱਥੇ। ਉਦੋਂ 2.5 ਸਾਲ 2.5-3 ਸਾਲ ਉਮਰ ਸੀ ਮੇਰੀ, ਉਦੋਂ ਤਾਂ ਹੋਸ਼ ਹੀ ਨਹੀਂ ਆਉਣੀ ਤੁਹਾਨੂੰ। ਨਹੀਂ ਹੋਸ਼ ਨਹੀਂ, ਮੈਂ ਘਰਦਿਆਂ ਕੋਲ ਗੱਲਾਂ ਸੁਣਦੇ ਰਹਿੰਦੇ, ਫਿਰ ਮਨ ਦੇ ਵਿੱਚ ਰਿਹਾ ਵੀ ਜ਼ਰੂਰ ਵੇਖਾਂਗੇ ਘਰ। ਸਹੀ ਹੈ ਸਹੀ, ਜਾਣੀ ਇਸ ਘਰ ਦੀ ਪੈਦਾਇਸ਼ ਆ। ਹਾਂਜੀ, ਇਸ ਘਰ ਦੀ ਹੈ। ਚਲੋ ਆਪਣਾ ਬਚਪਨ ਤਾਂ ਨਹੀਂ ਕਹਿ ਸਕਦੇ, ਤੁਹਾਡੇ ਵੱਡੇ ਦੀਆਂ ਜਵਾਨੀਆਂ ਤੇ ਇੱਥੇ ਹੈ। ਬਿਲਕੁਲ ਬਿਲਕੁਲ, ਉਹ ਜੰਮੇ, ਉਹ ਵੀ ਜੰਮੇ ਬੜੇ ਜਵਾਨ ਹੋਏ ਇੱਥੇ। ਹਾਂਜੀ, ਹਰਨਾਮ ਸਿੰਘ ਵਾਲਾ, ਹਰਨਾਮ ਸਿੰਘ ਵਾਲਾ ਇਹ ਉਹੀ ਆ, ਇੱਕੋ ਹੀ ਆ, ਇੱਕ ਚੋ ਦੋ ਹੋਏ ਨੇ, ਦੋ ਭਾਈ ਸੀਗੇ, ਇੱਕ ਤੋਂ ਦੋ ਹੋਏ ਇਹਨਾਂ ਨੇ ਵੰਡ ਲਿਆ ਨਾ ਘਰ। ਹਾਂਜੀ, ਇੱਥੋਂ ਦਾ ਦੁੱਖੋ ਤੱਕ ਆ ਰਿਹਾ ਹੈ। ਉਹ ਬਸ ਖੜ ਜਾ, ਪਸ਼ੂ ਨਾ ਡਰਾਇਓ, ਪਸ਼ੂ ਨਾ ਡਰਾਇਓ। ਆਹੋ ਸਾਹਮਣੇ, ਹਾਂਜੀ ਆ, ਠੀਕ ਆ, ਮੁੜ ਕੇ ਇਤਿਹਾਸ ਬਣ ਗਿਆ ਲੰਗਰ ਵਛੇ ਵਾਸਤੇ। ਠੀਕ ਹੈ, ਹੁਣ ਤਾਂ ਹੁਣ ਨਹੀਂ ਗਈ ਆਣੀ। ਬੜਾ ਵਧੀਆ ਲੱਗਾ। ਨਹੀਂ ਨਹੀਂ, ਇਹ ਤਾਂ ਹੁਣ ਬਣਾਏ ਆ ਨਾ, ਬਾਅਦ ਚ ਹੁਣ ਬਣਾਏ, ਬਾਅਦ ਚ ਬਣਾਏ, ਬਾਅਦ ਚ ਵੰਡ ਬਣਾਈਏ ਫਿਰ ਭਰਾਵਾਂ ਦੇ ਹੁੰਦੇ ਆ। ਚਲੋ ਜੀ, ਮੈਂ ਦੇਖੀ ਸਾਰੇ ਪਿੰਡ ਨੂੰ ਬੈਠ ਕੇ ਇੱਥੇ ਉੱਚੀ, ਨਹੀਂ ਉਦੋਂ ਤਾਂ ਬਹੁਤ ਉੱਚੀ ਸੀ, ਟਾਪ ਚ ਸੀ ਬੈਠ ਕੇ, ਚੰਗੀ ਵੱਡੀ ਤਾਂ ਖੁੱਲੀ। ਠੀਕ, ਇਹ ਇੱਥੋਂ ਹੀ ਹੋ ਜਾਊਗਾ ਪਸ਼ੂਆਂ ਤੋਂ। ਹਾਂ ਵੀ, ਇਹਨਾਂ ਨੂੰ ਵੀ ਕਹਿੰਦੇ ਵੀ ਦਿਖਾ ਦੇਣ, ਹੈਂ। ਹਾਂਜੀ, ਕੈਮਰਾਮੈਨ ਕਿੱਧਰ ਗਏ? ਇੱਧਰ ਦੀ ਗੱਲ ਆਉਂਦੀ ਹੈ, ਆਵਾਜ਼ ਦੇ ਲੋ ਹੈਗਾ ਦੇਖਦਾ, ਇਹ ਘਰ ਇਹ ਵੀ ਭਾਈ ਹੈ ਸਾਡੇ, ਬਸ ਚਲੋ ਇਹ ਹੈਗਾ ਜੀ ਹਰਨਾਮ ਸਿੰਘ ਵਾਲਾ। ਨਹੀਂ ਯਾਦ ਨੀ ਸਾਨੂੰ, ਤਾਂ ਬਜ਼ੁਰਗਾਂ ਨੇ ਦੱਸਿਆ। ਬਸ ਬਸ ਬਸ, ਇੱਕੋ ਹੀ ਘਰ ਆਏ ਸਾਰੇ, ਉਹ ਪਿੱਛੇ ਤੇ ਫੇ ਉਹੀ ਆ ਗਿਆ ਪੂਰਨ ਨੇ। ਤੁਹਾਡਾ ਇਹ ਚੀਜ਼ ਆ, ਅੱਛਾ ਪੁਰਾਣਾ ਦਰਵਾਜ਼ਾ ਜਿਹੜਾ ਲੱਗਿਆ ਸੀ, ਫਿਰ ਹਾਂਜੀ ਨਿਸ਼ਾਨੀ ਲੱਭ ਗਈ ਹੈ। ਹਰਨਾਮ ਸਿੰਘ ਵਾਲੇ ਤਾਏ ਦੇ ਘਰ ਚ ਲੱਗਾ ਇੱਥੇ ਵਜੇ, ਇਹੋ ਮਤਲਬ ਇਹ ਸਾਡੇ ਤਾਏ ਦੇ ਘਰ ਆ ਨਾ। ਪਾਣੀ ਪੁੱਛ ਲਵੇ ਇਸ ਤਰ੍ਹਾਂ, ਹੁਣ ਜੋ ਲਾ ਹਟੇ ਆਂ ਪੀ ਕੇ ਸਾਰਾ ਕੁਝ ਕਰਕੇ ਆਏ। ਚਲੋ ਇਹ ਵੀ ਚੰਗਾ ਜਿਹੜਾ ਦਰਵਾਜ਼ਾ ਹੈਗਾ, ਤਸਵੀਰ ਬਣਾ ਲਓ, ਨਿਸ਼ਾਨੀ ਰਹਿ ਜਾਏਗੀ। ਤੁਸੀਂ ਘਰ ਆ ਕੇ
बाबा जी है सरदार संता सिंह जी हौलदार उन्होंने हथा का बनिया ये यादगिरी है। बाकी नासक साना मेहरबानी जो बना ਤੁਹਾਡੀ ਚਾਹ ਸੀ ਤਾਂ ਅਸੀਂ ਕੁਛ ਕਰ ਸਕੇ ਜੇ ਤੁਸੀਂ ਆਉਂਦੇ ਨਾ ਫਿਰ ਅਸੀਂ ਤੁਹਾਨੂੰ ਕਿੱਦਾਂ ਲੈ ਆਉਣਾ ਸੀ ਇੱਥੇ ਤੁਸੀਂ ਆਏ ਹਾਂ ਤਾਂ ਤੁਹਾਨੂੰ ਹੁਣ ਇੱਥੋਂ ਅੱਗੇ ਲੈ ਕੇ ਆਉਣਾ ਤਾਂ ਸਾਡਾ ਹੱਕ ਬਣਦਾ ਸੀਗਾ ਜੀ ਬਾਕੀ ਪਿੰਡ ਵਾਲਿਆਂ ਨੂੰ ਬਹੁਤ ਮੁਹੱਬਤ ਪਿਆਰ ਮਿਲਿਆ ਜੀ ਖਸੂਸੀ ਤੌਰ ਤੇ ਆਪਣੇ ਮਖਸੂਸ ਸਾਹਿਬ ਜਿਹੜੇ ਕੋਰੀਅਨ ਲੈਂਗੁਏਜ ਵਾਲੇ ਆ ਉਹਨਾਂ ਦਾ ਬਹੁਤ ਸ਼ੁਕਰੀਆ ਉਹਨਾਂ ਨੇ ਬਹੁਤ ਜ਼ਿਆਦਾ ਇਹਤਮਾਮ ਕੀਤਾ ਸੀਗਾ ਉਹਨਾਂ ਦਾ ਦਿਲੋਂ ਧੰਨਵਾਦ ਆ तीन घर से तीन हाते से तीन ही मरबे छे सत अठ अठवा मरबे असल घर लंबा हां पहला घर लंबा थोड़ा घर जो यह पहले मुसीबत च पाई रखा भी ऐदा ऐदा ते आए तुसी देख लो भी बच्चा बच्चा सियाने न्याणे सारे पिछे पिछे तुरे फिरदे आ पानी इन्होंने पीना नहीं है पानी की लोड़ नहीं है कोई नहीं हो गया पानी पूरे पिंड हो गया जी मिलने बड़े खुश हो गए बाकी तुहानू जो बुजुर्ग ने दसा भी असि पिछे ऐदा सी ऐदा सी ਯਕੀਨ ਆਦਾ ਸੀ ਵੀ ਬਜ਼ੁਰਗ ਸੱਚ ਦੱਸਦੇ ਆ ਬਿਲਕੁਲ ਜੀ ਯਕੀਨ ਨਹੀਂ ਅੱਜ ਜਦੋਂ ਆ ਕੇ ਦੇਖ ਲਿਆ ਸਾਹਮਣੇ ਹੀ ਸਾਰਾ ਕੁਝ ਮੋਹਰ ਲੱਗ ਗਈ ਹੁੰਦਾ ਗੱਲਾਂ ਸੱਚੀਆਂ ਬਿਲਕੁਲ ਜੀ ਨਹੀਂ ਯਕੀਨ ਨਹੀਂ ਚਲੀਏ ਓ ਵੇਲਾ ਵਰੇ ਆ ਤੂੰ ਮੈਂ ਨਹੀਂ ਵਿਸਾਰਿਆ ਜਿੱਥੇ ਸੀ ਬਚਪਨ जिदन आ गई उदन तीन बार ਉੱਚੀ ਨੀਵੀ ਜਗ੍ਹਾ
ਅੱਛਾ ਉਹ ਤੁਹਾਨੂੰ ਯਾਦ ਹੈ ਸਾਡੇ ਉੱਥੇ ਬੋਰਡ ਹੈਗਾ ਸੀ ਮਰੱਬੇ ਦੱਸਦੇ ਨਹੀਂ ਸਾਰੇ ਘਰ ਦੇ ਸਾਡੇ ਦੱਸਦੇ ਹੁੰਦੇ ਜਿਵੇਂ ਆਪਾਂ ਨੂੰ ਦੱਸ ਗਏ ਉਹਦੇ ਉਹ ਤਾਂ ਦੱਸਦੇ ਹੁੰਦੇ ਵੀ ਸਾਡੇ ਬੋਰਡ ਹੈ ਪੈਲੀ ਵਿੱਚ ਕਿਹੜੀ ਭੋਲਾ ਸਿਆਣੇ ਮੇਰੇ ਦੱਸ ਗਏ ਬਿਲਕੁਲ ਜਿਹੜੀ ਗੱਲ ਦੱਸੀ ਵੀ ਉਹਦੇ ਰੋਖੋ ਦਾ ਬੋਰਡ ਹੁੰਦਾ ਸੀ ਉੱਥੇ ਬੜਾ ਰੋਖ ਬੋਰਡ ਦਾ ਉਹਦਾ ਛੋਟਾ ਹੀ ਤੇ ਉਦੋਂ ਹੁਣ ਵੱਡਾ ਹੋ ਗਿਆ 100 ਸਾਲ ਉਹਦਾ ਹੀ ਹੁੰਦਾ ਸੀਗਾ ਉਦੋਂ ਬਰੋਟਾ ਜਿਹਾ ਹੋਣਾ ਹਾਂਜੀ ਹਾਂਜੀ ਆਪਾਂ ਕੱਲੀ ਕੱਲੀ ਸ਼ਾਇਦ ਜਾਣਦੇ ਹਾਂ ਜਿਹੜੀ ਗੱਲ ਦੱਸੀ ਉਹ ਤੇ ਨਹੀਂ ਭੁੱਲਦੀ ਨਹੀਂ ਭੁੱਲਦੀ ਜੀ ਨਹੀਂ ਭੁੱਲਦੀ ਸੜਕ ਤੇ ਬੋਰਡ ਆ ਉਹ ਘੱਟ ਘੱਟ 400-500 ਸਾਲ ਪੁਰਾਣਾ ਬਿਲਕੁਲ ਏਦਾਂ ਹੀ ਸਾਡੇ ਬਾਰ ਦਾ ਸਭ ਤੋਂ ਜ਼ਿਆਦਾ ਉਮਰ ਵਾਲਾ ਦਰਖਤ ਬੋਰਡ ਹੈ ਸਾਡੀ ਬਾਰ ਦਾ ਜੰਗਲਾਂ ਬਾਪੂ ਜੀ ਦੱਸਦੇ ਦੇਖਿਆ ਹੋਵੇ ਜਾਂ ਨਹੀਂ ਆਪਣੇ ਜਿਹੜੇ ਲੋਕ ਹਨ ਉਹ ਦੁਬਾਰਾ ਓਰੀਜਨਲ ਨੂੰ ਆ ਰਹੇ ਇਹ ਬਹੁਤ ਜ਼ਿਆਦਾ ਖੁਰਾਕਾਂ ਚ ਵੀ ਖੁਰਾਕਾਂ ਚ ਬਹਿਣ ਓਰੀਜਨਲ ਵੱਲੋਂ ਆ ਰਹੇ ਤੇ ਬਾਕੀ ਹੈ ਵੀ ਉਹ ਦਵਾਈਆਂ ਵੀ ਦੇਸੀਆਂ ਦਾ ਹੁੰਦਾ ਪਿਆ ਦੇਸੀਆਂ ਨੂੰ ਬਹੁਤ ਆ ਰਹੇ ਹਾਂਜੀ ਬਹੁਤ ਆ ਰਹੇ ਤੁਹਾਡੇ ਤਾਂ ਖੈਰ ਬਹੁਤ ਹੀ ਜ਼ਿਆਦਾ ਹੈ ਨਾ ਦੇਸੀ ਆਪਣੇ ਇੱਥੇ ਲੋਕਲ ਆ ਹਾਂਜੀ ਠੀਕ ਹੈ ਪਹਿਲੇ ਇਹ ਜੁੱਤੇ ਜੱਟ ਠੀਕ ਠੀਕ ਹੈ ਪਹਿਲੇ ਇੱਥੇ ਦੇ ਰਹਿਣ ਵਾਲੇ ਵਾਲਾ ਕੁਸ ਕੈਸੇ ਹੋ ਉਹੋ ਜੀ ਤੁਹਾਡੇ ਤਾਂ ਖੈਰ ਤਿੱਬ ਜਿਹੜੀ ਉਹ ਬਹੁਤ ਉੱਤੇ ਚ ਲੱਗੀ ਹੋਈ ਹੈ ਹਾਂਜੀ ਤੇ ਸਾਡੇ ਵੀ ਹੁਣ ਤਿੱਬ ਵੱਲੋਂ ਕਾਫੀ ਬਲਕਿ ਤੁਹਾਡੇ ਸਰਦਾਰ ਬਹੁਤ ਆ ਗਏ ਤੇ ਸਾਡੇ ਇੱਥੇ ਹਰ ਸ਼ਹਿਰ ਚ ਹੈ ਉਹਨਾਂ ਦਾ ਦੁਆ ਕਰਿਆ ਦੇਸੀ ਹੋਏ ਮਨਾਸਰ ਕਿਸਾਨ ਲਈ ਲਿਆਂਦੀ ਆ ਉਹਨੂੰ ਦੇਣੀ ਆ ਇਹ ਐਨ ਹੋ ਕੇ ਫੋਟੋ ਬਣਾ ਲਾ ਅੱਛਾ ਅੱਛਾ ਹੁਣ ਦਿਓ ਇੱਥੇ ਜਾ ਅੱਜ ਸਾਡੇ ਕੋਲ ਖੂਨ ਦੀ ਦਵਾਈਆਂ ਕੋਈ ਵੀ ਹਾਂ ਇਹ ਚੱਕਰ ਉਹ ਜਿਹੜਾ ਨੇ ਚੱਕਰ ਤੋਂ ਪਾਣੀ ਐਂ ਤੋਂ ਜਾਂਦਾ ਇੱਧਰ ਜਾਂਦਾ ਬਿਲਕੁਲ ਇਦਾਂ ਉਹ ਚੱਕਰ ਹੈ ਮੋਗਾ ਸਗਾ ਹਾਂਜੀ ਉਹ ਕਹੀ ਜਾਂਦੇ ਉਹ ਜੰਗਲੀ ਲੋਕ ਰਹਿੰਦੇ ਹੁੰਦੇ ਜੰਗਲੀ ਲੋਕ ਆਂਦੇ ਬਸ਼ਿੰਦੇ ਜੰਗਲੀ ਕਹਿੰਦੇ ਇਹਨਾਂ ਨੂੰ ਉਹੋ ਹੀ ਹੈ ਜੀ ਇਹ ਉਹ ਹੈ ਜੀ ਬਿਲਕੁਲ ਬਿਲਕੁਲ ਉਹੀ ਹੈ ਜੀ ਉਹ ਆਂਦੇ ਜੰਗਲੀ ਲੋਕ ਰਹਿੰਦੇ ਇਹਨਾਂ ਦਾ ਰਕਬਾ ਹੈ ਠੀਕ ਠੀਕ ਹੈ ਅੱਛਾ ਗਵਾਂਢੀ ਠੀਕ ਹੈ ਬੜੀ ਵਧੀਆ ਗੱਲ ਹੈ ਬਿਲਕੁਲ ਉਹੀ ਮਨ ਨੂੰ ਖੁਸ਼ੀ ਤੇ ਹੋਰ ਸਾਰੇ ਬੰਦੇ ਮਿਲਦੇ ਆ ਇੱਥੇ ਦੇ ਆ ਜੀ ਇਹ ਬਿਲਕੁਲ ਠੀਕ ਠੀਕ ਮੈਂ ਜਿੱਦਾਂ ਕਹਿੰਦਾ ਥੋੜੀ ਉਤਾਂ ਦਾ ਨਹੀਂ ਉਦਾਂ ਹੀ ਆ ਜੀ ਉਦਾਂ ਹੀ ਆ ਜੀ ਬਿਲਕੁਲ ਠੀਕ ਵਾ ਜੀ ਜੰਗਲੀ ਤੋਂ ਬਾਅਦ ਜੰਗਲ ਦੇ ਰਹਿਣ ਵਾਲੇ ਬੰਦੇ ਕਿਉਂਕਿ ਉਹਨਾਂ ਦੀ ਰਹਿਸ਼ਾਂ ਜ਼ਿਆਦਾ ਉਦੋਂ ਹੈ ਜੰਗਲ ਸੀ ਇੱਥੇ ਉਸਕੇ ਬਾਰ ਬਾਰ ਕਰਤੀ ਆ ਕੇ ਵੱਡੇ ਵੱਡਿਆਂ ਨੇ ਉਹ ਤੋਂ ਪਹਿਲੇ ਜੰਗਲੇ ਸੀ ਨਾ ਤੇ ਇਹ ਇਹਨੂੰ ਤਾਂ ਕਹਿੰਦੇ ਕਿ ਉਦੋਂ ਜੰਗਲ ਸੀ ਉਦੋਂ ਵੀ ਇਹਨਾਂ ਦੀ ਰਹਿਸ਼ਾਂ ਇੱਥੇ ਸੀ ਤੁਹਾਡੇ ਆਉਣ ਤੋਂ ਪਹਿਲੇ ਦੇ ਇਹ ਤੁਸੀਂ ਤਾਂ ਜਦੋਂ ਬਾਰ ਆਬਾਦ ਹੋਈ ਹੈ ਉਦੋਂ ਬਾਅਦ ਚ ਆਏ ਉਹਦੇ 1890 ਤੋਂ ਬਾਅਦ ਹੈ 1890 ਤੋਂ ਬਾਅਦ ਆਏ ਤੁਸੀਂ ਹਾਂ ਬਾਅਦ ਚ ਆ ਤੇ ਫਿਰ ਇਹ ਤਾਂ ਹੈਗੇ ਆ ਪਹਿਲੋਂ ਦੇ ਪਤਾ ਨਹੀਂ ਕਿੰਨੇ 100 ਸਾਲ ਤੋਂ ਪਹਿਲੇ ਇੱਥੇ ਨਸਲਾਂ ਬੈਠੀਆਂ ਇਹ ਤਾਂ ਤੁਸੀਂ ਇਹਨਾਂ ਨੂੰ ਜੰਗਲੀ ਕਹਿੰਦੇ ਆ ਕਿਉਂਕਿ ਇਹ ਜੰਗਲ ਸੀ ਉਦੋਂ ਆਬਾਦਕਾਰੀ ਤੋਂ ਪਹਿਲਾਂ ਵੀ ਇਹ ਮਾਲਕ ਸੀਗੇ ਠੀਕ ਠੀਕ ਹਰ ਤਰ੍ਹਾਂ ਮਾਲਕ ਸੀਗੇ ਇਹ ਤੇ ਪੁਰਾਣੇ ਅੰਗਰੇਜ਼ ਨੇ ਤਾਂ ਕੱਲ ਕਰਾਈ ਯਾਰ ਇੱਥੇ ਕਿਹੜਾ ਵੀ ਉਸ ਤੋਂ ਪਹਿਲੇ ਆਬਾਦੀਆਂ ਨਹੀਂ ਸੀ ਉਹ ਯਾਰ ਕੱਲ ਆਇਆ ਅੰਗਰੇਜ਼ ਸ਼ੁਰੂ ਤੋਂ ਕਿੱਥੇ ਹਾਂ ਸ਼ੁਰੂ ਤੋਂ ਇਹ ਤਾਂ ਹਜ਼ਾਰਾਂ ਸਾਲ ਪੁਰਾਣੀ ਵੀ ਇੱਥੇ ਇੱਥੋਂ ਦੇ ਮਤਲਬ ਟੋਟਿਆਂ 'ਚ ਇਸ ਤਰ੍ਹਾਂ ਬਕਾਇਦਾ ਨਿਜ਼ਾਮ ਜਿਹੜਾ ਸੀ ਨਾ ਇਹ ਅੰਗਰੇਜ਼ ਦੇ ਆਉਣ ਤੋਂ ਪਹਿਲੇ ਵੀ ਪਹਿਲੋਂ ਦੇ ਇੱਥੇ ਆ ਇਹ ਇੱਥੇ ਆ ਲੋਕ ਅੰਗਰੇਜ਼ ਜਦੋਂ ਆਇਆ ਉਦੋਂ ਵੀ ਇਹ ਦਰਿਆਵਾਂ ਦੇ ਕਿਨਾਰਿਆਂ ਤੇ ਬਸ ਰਹੇ ਸੀ ਸਿਕੰਦਰ ਆਜ਼ਮ ਕਦ ਆਇਆ ਉਦੋਂ ਵੀ ਬਾਦੀ ਸੀ ਇੱਥੇ ਲੋ ਸਿਕੰਦਰ ਕਿਉਂ ਵੀ ਅਸੀਂ ਆ ਪਾਰਟੀਸ਼ਨ ਚ ਸਰਦਾਰ ਨੂੰ ਹੀ ਚਲੇ ਗਏ ਆ ਗਏ ਚਲੇ ਗਏ ਅਸੀਂ ਆ ਗਏ ਚਲੇ ਗਏ ਇੱਥੇ 40-50 ਸਾਲ ਇਹਨਾਂ ਦਾ ਤਾਂ ਮਾਸ਼ਾਅੱਲਾ ਵੀ ਉਹ ਤਾਂ ਰਹੇ ਹੀ ਇੱਥੇ 40-50 ਸਾਲ ਇਹ ਕਿਹੜੇ ਇੱਥੇ ਪੱਕੇ ਰਹੇ ਪੱਕੇ ਬੰਦੇ ਇਹੀ ਆ ਪੱਕੇ ਉਹ ਯਾਰ ਅਸਲ ਬੰਦੇ ਇਹੀ ਆ ਇਸ ਲਈ ਹੀ ਸਾਰਿਆਂ ਦੀ ਜੋ ਬਿਲਕੁਲ ਉਹੀ ਹੈ ਜੀ ਹੋਰ ਹੁਣ ਕੀ ਤੁਸੀਂ ਫੀਲ ਕੀਤਾ ਜੀ ਫੀਲ ਮੈਂ ਬਹੁਤ ਵਧੀਆ ਬੜਾ ਮਨ ਨੂੰ ਖੁਸ਼ੀ ਹੋਈ ਆ ਅੱਛਾ ਠੀਕ ਆ ਆਪਣੇ
अगर मेनू कह दे गेड़ा पर नहीं दी निशानी है, होने चक्कर मार गया बड़े जानवर आके आराम कर दे। ए भाई दा किसाना साहब दा डेरा इथे नाल जमीन भी इना दी इथे है। ठीक ठीक ए इना नु पता है रात दे इथे रौण गए, इना नु पता समझ दा इस वेले आंदे नहीं। नहीं ठीक है, जानवर किन्ने जानवर आके बड़ा मुसीबत कर सदका जारिया कर गए हो तुसी तुहाडे अबाव आजाद। चलो ਬੜਾ ਵਧੀਆ ਲੱਗਦਾ ਸਰਦਾਰ ਜੀ। ਤੁਹਾਡੀ ਗੋਦ ਕੀ ਸੀ? ਗਿੱਲ ਗਿੱਲ। ਅੱਛਾ ਗਿੱਲ ਵਾਂਗ ਗਿੱਲ ਹੀ ਪਿੰਡ ਤੇ ਇੱਥੇ ਗਿੱਲੀ ਗਿਆਤ ਤੇ ਇੱਥੇ ਅਕਸਰੀਅਤ ਕਿਹੜੀ ਗੋਦ ਦੀ? ਇੱਥੇ ਵੀ ਗਿੱਲ ਹੀ ਆ। ਗਿੱਲ ਸੀ ਬਾਕੀ ਲੋਕ ਵੀ ਬੰਦੇ ਬਾਕੀ ਗੋਦ ਹੋਰ ਗੋਤਾਂ ਦੇ ਵਿੱਚ ਹੋਰ ਵੀ ਹੈਗੀ ਅਕਲੀਅਤ ਸੀ ਇਹ। ਅੱਛਾ ਅੱਛਾ ਥੋੜੇ ਦਿਨ ਮੈਂ ਦੂਜਿਆਂ ਦਾ ਮੈਨੂੰ ਪਤਾ ਦੂਜਿਆਂ ਕੀ ਗੋਦ ਸੀ। ਉਦਾਂ ਇਕੱਠੇ ਨਹੀਂ ਜਾ ਕੇ ਬੈਠੇ थोड़े मिले अज क्या साढ़े भी ज्यादा असि घट मिले और रकबे चले किधर गए गवर्नमेंट ने पंचायत लिए 20-25 किले खड़ दिते काट लकड़ी ਡੈਮ ਬਣਾਏ ਜਦੋਂ ਦੋ ਸਾਡੀਆਂ ਡੈਮ ਸਭ ਤੋਂ ਜ਼ਿਆਦਾ ਲੱਟਾਂ ਸਾਡੇ ਪਿੰਡ ਚ